ਅਫੀਮ ਤੇ ਚੂਰਾ ਪੋਸਤ ਦੀ ਖੇਤੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਜਾਵੇ, ਇਹ ਮੁੱਦਾ ਲਗਾਤਾਰ ਵਿਧਾਨ ਸਭਾ ਦੇ ਅੰਦਰ ਗੂੰਜ ਰਿਹਾ ਵੈ। ਇਹ ਮੁੱਦਾ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਚੁੱਕਿਆ ਗਿਆ ਔਰ ਇੱਕ ਵਾਰ ਫਿਰ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਖੁਰਾ ਨੇ ਇਹ ਮੁੱਦਾ ਵਿਧਾਨ ਸਭਾ ਦੇ ਅੰਦਰ ਚੁੱਕਿਆ। ਗੱਲਬਾਤ ਕਰ ਲੈਂਦੇ ਹਾਂ ਕੁਲਵੰਤ ਜੀ, ਤੁਹਾਨੂੰ ਕਿਉਂ ਲੱਗਦਾ ਕਿ ਸੂਬੇ ਦੇ ਵਿੱਚ ਅਫੀਮ ਅਤੇ ਚੂਰਾ ਪੋਸ ਦੀ ਖੇਤੀ ਜਿਹੜੀ ਉਹ ਹੋਣੀ ਚਾਹੀਦੀ ਹੈ? ਦੇਖੋ ਜੀ, ਮੈਂ ਪਿੰਡਾਂ ਦੇ ਵਿੱਚ ਰਹਿਣ ਵਾਲਾ ਔਰ ਜਦੋਂ ਤੋਂ ਸਰਕਾਰ ਬਣੀ ਤਾਂ ਮੈਂ ਪਿੰਡ, ਅੱਜ ਵੀ ਮੈਂ ਦਫ਼ਤਰ ਬਣਾਇਆ ਹੋਇਆ ਪਿੰਡ ਦੇ ਵਿੱਚ, ਲੋਕਾਂ ਦੇ ਨਾਲ ਮਿਲਦਾ ਔਰ ਜਦੋਂ ਬਹੁਤ ਸਾਰੇ ਲੋਕ ਆਉਂਦੇ ਨੇ ਤਾਂ ਉਹ ਆਪਣੇ ਸੁਝਾਅ ਦਿੰਦੇ ਨੇ ਕਿ ਤੁਹਾਨੂੰ ਅਸੀਂ ਚੁਣ ਕੇ ਭੇਜਿਆ ਵਿਧਾਨ ਸਭਾ ਦੇ ਵਿੱਚ, ਤੁਸੀਂ ਆਹ ਜਿਹੜੇ ਮੁੱਦੇ ਚੱਕੋ। ਦੇਖੋ, ਸਿੰਥੈਟਿਕ ਦਾ ਨਸ਼ਾ ਜਿਹੜਾ ਤੁਹਾਨੂੰ ਆਮ ਪਤਾ ਹੈ ਕਿ ਬੜਾ ਉੱਭਰ ਕੇ ਆਇਆ, ਬੜੀਆਂ ਮਾਵਾਂ ਬੱਚਿਆਂ ਤੋਂ ਬਿਨਾਂ ਸੱਖਣੀਆਂ ਹੋ ਗਈਆਂ, ਰੂੜੀਆਂ 'ਤੇ ਪੈ ਬੱਚੇ ਟੀਕੇ ਲਾਉਂਦੇ, ਸਰਿੰਜਾਂ ਬਾਹਵਾਂ 'ਚ ਰਹਿ ਗਈਆਂ। ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਅਗਰ ਆਪਾਂ ਜੇ ਗੱਲ ਕਰੀਏ ਤਾਂ ਪੁੱਕੀ ਅਫੀਮ ਇਹ ਕੁਦਰਤੀ ਇੱਕ ਨਸ਼ਾ ਹੈਗਾ ਜਿਹੜਾ ਧਰਤੀ ਹੇਠੋਂ ਜਿਹੜਾ ਨਿਕਲਦਾ ਹੈ, ਤਾਂ ਇਸ ਦੇ ਨਾਲ ਤੁਸੀਂ ਮੈਨੂੰ ਇੱਕ ਵੀ ਦਿਖਾ ਦਿਓ ਬੰਦਾ ਕਿ ਕੋਈ ਪੁੱਕੀ ਖਾ ਕੇ ਮਰਿਆ ਹੋਵੇ ਜਾਂ ਕੋਈ ਅਫੀਮ ਖਾ ਕੇ ਮਰਿਆ ਹੋਵੇ। ਸਿੰਥੈਟਿਕ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਨੇ। ਅਗਰ ਆਪਾਂ ਸਿੰਥੈਟਿਕ ਨਸ਼ੇ ਨੂੰ ਥੰਮ ਪਾਉਣੀ ਹੈ ਤਾਂ ਸਾਡੇ ਕੋਲ ਫਿਰ ਇੱਕੋ ਹੀ ਵਿਕਲਪ ਹੈਗਾ ਕਿ ਅਸੀਂ ਪੋਸਤ ਦੀ ਖੇਤੀ ਕਰੀਏ, ਸਾਡੀ ਨੌਜਵਾਨੀ ਬਚ ਸਕੇ। ਤੁਸੀਂ ਇਹ ਵੀ ਕਿਹਾ ਵਿਧਾਨ ਸਭਾ ਦੇ ਅੰਦਰ ਕਿ ਜਦੋਂ ਮੈਂ ਅਫੀਮ ਦੀ ਜ਼ਿਕਰ ਕਰ ਰਿਹਾ ਤਾਂ ਹਰ ਕਿਸੇ ਦੇ ਚਿਹਰੇ 'ਤੇ ਲਾਲੀ ਆ ਗਈ ਔਰ ਸਾਰਿਆਂ ਦੇ ਚਿਹਰੇ 'ਤੇ ਮੁਸਕਰਾਹਟ ਵੀ ਸੀ। ਬਿਲਕੁਲ, ਸਾਰੇ ਚਾਹੁੰਦੇ ਨੇ ਜੀ ਵਿਧਾਨ ਸਭਾ ਦੇ ਵਿੱਚ, ਜਿਸ ਦਿਨ ਸਾਡੇ ਮੈਂਬਰ ਸਾਹਿਬਾਨ ਹਰਮੀਤ ਸਿੰਘ ਪਠਾਨਮਾਜਰਾ ਜੀ ਨੇ ਆਪਣੇ ਕੁਐਸਚਨ ਕੀਤਾ ਸੀਗਾ ਤਾਂ ਮੰਤਰੀ ਸਾਹਿਬ ਨੇ ਨਾਂਹ ਦੇ ਵਿੱਚ ਜਵਾਬ ਦਿੱਤਾ ਹੈ। ਜ਼ੀਰੋ ਆਵਲ ਦੇ ਵਿੱਚ ਮੈਂ ਵੀ ਬੋਲਿਆ ਸੀਗਾ ਕਿ ਪੋਸਤ ਦੀ ਖੇਤੀ ਆ ਜਿਹੜੀ ਉਹ ਹੋਣੀ ਚਾਹੀਦੀ ਆ, ਤਾਂ ਉਦੋਂ ਸਾਰੇ ਜਿੰਨੇ ਵੀ ਮੈਂਬਰ ਸਾਹਿਬਾਨ ਸੀਗੇ ਸਾਰੇ ਹੱਕ ਦੇ ਵਿੱਚ ਸੀਗੇ ਕਿ ਵਾਕਈ ਜੇ ਤੁਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਪੋਸਤ ਦੀ ਖੇਤੀ ਜ਼ਰੂਰੀ ਹੈ, ਇਸ ਦੇ ਨਾਲ ਕਿਸਾਨ ਵੀ ਬਚੇਗਾ ਅਤੇ ਜਵਾਨ ਵੀ ਬਚੇਗਾ। ਆਮ ਆਦਮੀ ਪਾਰਟੀ ਤਾਂ ਰਾਜ਼ੀ, ਕੀ ਕਾਂਗਰਸ ਅਕਾਲੀ ਦਲ ਵੀ ਇਸ ਗੱਲ ਨੂੰ ਲੈ ਕੇ ਰਾਜ਼ੀ ਹੈ, ਬੀਜੇਪੀ ਵੀ ਰਾਜ਼ੀ ਹੈ? ਦੇਖੋ, ਡਰਦੇ ਹੋਏ ਬੋਲਣ ਨਾਲ ਕੁਛ ਕਹਿ ਨਹੀਂ ਸਕਦੇ, ਪਰ ਇੱਛਾ ਸਾਰਿਆਂ ਦੀ ਹੈਗੀ ਹੈ ਕਿ ਪੋਸਤ ਦੀ ਖੇਤੀ ਜਿਹੜੀ ਹੋਣੀ ਚਾਹੀਦੀ। ਕੀ ਕੁਲਵੰਤ ਅਫੀਮ ਖਾਂਦੇ? ਕੀ ਕੁਲਵੰਤ ਨੇ ਕਦੀ ਚੂਰਾ ਪੋਸ ਕਦੀ ਖਾਧਾ, ਕਦੀ ਨਸ਼ਾ ਕੀਤਾ? ਨਹੀਂ, ਦੇਖੋ, ਸ਼ਾਇਦ ਮੈਂ ਟੇਸਟ ਕੀਤਾ ਹੋਵੇ, ਕੋਈ ਜ਼ਰੂਰੀ ਨਹੀਂ ਹੈਗਾ ਕਿ ਨਾ ਕੀਤਾ ਹੋਵੇ। ਮੈਂ ਪਿੰਡਾਂ 'ਚ ਰਹਿਣ ਵਾਲਾ, ਅਫੀਮ ਖਾਂਦੇ? ਬਿਲਕੁਲ, ਅਫੀਮ ਮੈਂ ਕਾਫੀ ਵਾਰੀ ਮਤਲਬ ਚੈੱਕ ਕੀਤੀ ਆ, ਉਸ ਦੇ ਵਿੱਚ ਸਰੂਰ ਹੁੰਦਾ ਹੈ, ਬੰਦੇ ਦਾ ਕੰਮ ਕਰਨ ਨੂੰ ਜੀ ਕਰਦਾ, ਖਿੱਝ ਨਹੀਂ ਆਉਂਦੀ, ਲੋਕਾਂ ਨੂੰ ਮਿਲਣ ਦਾ ਜੀ ਕਰਦਾ, ਬੈਠੇ ਰਹੋ ਤੁਸੀਂ ਜਿਸ ਕੰਮ ਨੂੰ ਲੱਗੇ। ਨਹੀਂ, ਇਸ ਟਾਈਮ ਆਉਂਦੀ ਤਾਂ ਤੁਹਾਨੂੰ ਮੈਂ ਜ਼ਰੂਰ ਦਿਖਾਉਂਦਾ, ਪਰ ਮੈਂ ਪੱਕਾ ਨਹੀਂ ਹੈਗਾ ਕਿ ਮੈਂ ਪਰਮਾਨੈਂਟ ਖਾਂਦਾ ਹੋਵਾਂ, ਕਿ ਮਿਲ ਗਈ ਤਾਂ ਠੀਕ ਹੈ, ਨਹੀਂ ਤਾਂ ਕੋਈ ਉਹ ਨਹੀਂ ਹੈਗਾ। ਪਰ ਮੈਂ ਉਹੀ ਗੱਲ ਕਰਦਾ ਕਿ ਪੋਸਤ ਦੇ ਨਸ਼ੇ ਨਾਲ, ਫੀਮ ਦੇ ਨਸ਼ੇ ਨਾਲ ਅੱਜ ਤੱਕ ਕੋਈ ਮਰਿਆ ਨਹੀਂ ਮੈਂ ਦੇਖਿਆ। ਜੇ ਕੋਈ ਤੁਸੀਂ ਮਰਿਆ ਦੇਖਿਆ ਵੀ ਉੱਠਦੀ ਹੈ ਕਿ ਨਸ਼ਾ ਤਾਂ ਨਸ਼ਾ ਵੈ, ਇੱਕ ਨਸ਼ੇ ਤੋਂ ਹਟਾਉਣ ਦੇ ਲਈ ਦੂਜਾ ਨਸ਼ਾ ਸ਼ੁਰੂ ਕਰਾ ਦੇਣਾ, ਇਹ ਕਿੱਥੋਂ ਤੱਕ ਜਾਇਜ਼ ਹੈ? ਇਹ ਬਿਲਕੁਲ ਤੁਹਾਡਾ ਸਵਾਲ ਜਿਹੜਾ ਵਾਜਬ ਹੈਗਾ। ਇੱਕ ਨਸ਼ਾ ਤਾਂ ਸਾਨੂੰ ਖਤਮ ਕਰ ਰਿਹਾ, ਸਾਨੂੰ ਸੁੱਧ ਬੁੱਧ ਨਹੀਂ ਰਹਿਣ ਦੇ ਰਿਹਾ। ਇੱਕ ਨਸ਼ਾ ਖਾ ਕੇ ਸਾਡਾ ਦਿਮਾਗ ਵੀ ਕੰਮ ਕਰ ਰਿਹਾ, ਸਾਡਾ ਕੰਮ ਕਰਨ ਨੂੰ ਵੀ ਜੀ ਕਰ ਰਿਹਾ, ਸਾਨੂੰ ਪਰਿਵਾਰ ਵੀ ਦਿਖ ਰਿਹਾ ਕਿ ਮੇਰੀ ਮਾਂ ਹੈ, ਮੇਰੀ ਭੈਣ ਹੈ, ਇਹ ਮੇਰੇ ਰਿਸ਼ਤੇਦਾਰ ਨੇ, ਮੈਂ ਇਸ ਬੱਚੇ ਵੀ ਪਾਲਣੇ ਨੇ, ਸਕੂਲ ਵੀ ਭੇਜਣੇ ਨੇ। ਸਿੰਥੈਟਿਕ ਨਸ਼ਾ ਖਾ ਕੇ ਤੁਹਾਡਾ ਦਿਮਾਗ ਹੈ ਜਿਹੜਾ ਬਿਲਕੁਲ ਕੰਮ ਕਰਨੋਂ ਹਟ ਜਾਏਗਾ। ਅਫੀਮ ਖਾਣ ਦੇ ਕੀ ਫਾਇਦੇ? ਨਹੀਂ, ਅਫੀਮ ਖਾਣ ਦੇ ਹੀ ਫਾਇਦੇ ਆ, ਕਿਸਾਨ ਦੱਸਦੇ ਨੇ ਕਿ ਅਸੀਂ ਖੇਤੀ ਕਰਦੇ ਹਾਂ, ਮਾਲ ਛਾਲ ਖਾਧਾ ਹੁੰਦਾ ਹੈ ਤਾਂ ਫਿਰ ਸਾਨੂੰ ਪਰਵਾਹ ਨਹੀਂ ਹੁੰਦੀ ਕਿ ਸਾਰਾ ਦਿਨ ਚਾਹੇ ਕਈ ਫੜਕੇ ਜੁੜ ਲੱਗੇ ਰਹੀਏ। ਦੂਸਰਾ ਵੀ ਇਹ ਕਿ ਸਪੀਕਰ ਹੋਰਾਂ ਨੇ ਵੀ ਬੜੇ ਗੰਭੀਰਤਾ ਦੇ ਨਾਲ ਇਸ ਨੂੰ ਦੇਖਿਆ, ਸਪੀਕਰ ਸਾਹਿਬ ਦਾ ਕੀ ਕਹਿਣਾ ਸੀ ਔਰ ਐਗਰੀਕਲਚਰ ਮਿਨਿਸਟਰ ਕੀ ਕਹਿ ਰਹੇ, ਖੇਤੀਬਾੜੀ ਮੰਤਰੀ ਕੀ ਕਹਿ ਰਹੇ? ਨਹੀਂ, ਅੱਜ ਮੰਤਰੀ ਸਾਹਿਬ ਨੂੰ ਮੈਂ ਸਵਾਲ ਹੀ ਅੱਜ ਉਸੇ 'ਤੇ ਕਰਿਆ ਸੀਗਾ ਕਿ ਮੰਤਰੀ ਸਾਹਿਬ ਨੂੰ ਕਿ
ਜਦੋਂ ਅਸੀਂ ਵਿਧਾਨ ਸਭਾ ਦੇ ਵਿੱਚ ਸਵਾਲ ਕਰਿਆ ਸੀਗਾ ਤਾਂ ਤੁਸੀਂ ਨਾਂ ਦੇ ਵਿੱਚ ਜਵਾਬ ਦੇ ਕੇ ਉਹ ਥੋੜਾ ਜਿਹਾ ਲੋਕਾਂ ਨੂੰ ਹਾਰਡ ਹੋਇਆ ਕਿ ਠੀਕ ਹੈ, ਖੇਤੀਬਾੜੀ ਮੰਤਰੀ ਨੇ ਪਹਿਲੇ ਦਿਨ ਮਨਾ ਕੀਤਾ ਤਾਂ ਲੋਕਾਂ ਦਾ ਮਨ ਟੁੱਟਿਆ। ਇਸ ਵਾਰ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਬੋਲੋ ਮੈਂ ਜਵਾਬ ਜ਼ਰੂਰ ਦੇਵਾਂਗਾ। ਮੰਤਰੀ ਸਾਹਿਬ ਦੇ ਮਨ ਦੇ ਵਿੱਚ ਵੀ ਸੀਗਾ ਪਰ ਉਹ ਸਪੀਕਰ ਸਾਹਿਬ ਨੇ ਮੌਕਾ ਨਹੀਂ ਦਿੱਤਾ। ਮੈਨੂੰ ਮੇਰੇ ਮਨ ਦੇ ਵਿੱਚ ਹੈਗਾ ਕਿ ਮੰਤਰੀ ਸਾਹਿਬ ਚਾਹੁੰਦੇ ਸੀਗੇ ਕਿ ਪੰਜਾਬ ਦੇ ਵਿੱਚ ਜਿਹੜੀ ਪੋਸਤ ਦੀ ਖੇਤੀ ਹੈ ਜਿਹੜੀ ਹੋਣੀ ਚਾਹੀਦੀ। ਤੁਸੀਂ ਤਾਂ ਆਫ ਰਿਕਾਰਡ ਮਿਲੇ ਵੀ ਮੰਤਰੀ ਸਾਹਿਬ ਨੂੰ, ਉਹਨਾਂ ਨੂੰ ਕਿਹਾ ਵੀ ਮੰਤਰੀ ਸਾਹਿਬ ਦੇ ਕੀ ਕਹਿਣਾ ਸੀ, ਖੇਤੀਬਾੜੀ ਮੰਤਰੀ ਕੀ ਕਹਿ ਰਹੇ? ਮੈਨੂੰ ਮੰਤਰੀ ਸਾਹਿਬ ਕਹਿੰਦੇ ਮੈਨੂੰ ਸਪੀਕਰ ਸਾਹਿਬ ਨੇ ਮੌਕਾ ਨਹੀਂ ਦਿੱਤਾ, ਨਹੀਂ ਤਾਂ ਮੈਂ ਬਿਲਕੁਲ ਇਸ 'ਤੇ ਕੁਛ ਨਾ ਕੁਛ ਮੈਂ ਜ਼ਰੂਰ ਬੋਲਦਾ। ਸ਼ਾਇਦ ਉਹਨਾਂ ਦੇ ਦਿਲ 'ਚ ਸੀਗੀ ਕਿ ਮੈਂ ਹਾਂ ਪੱਖੀ ਜਿਹੜਾ ਉਹਨਾਂ ਦਾ ਮਾਰਾਂ। ਠੀਕ ਹੈ, ਤਾਂ ਕੀ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ? ਤੁਸੀਂ ਜ਼ਰੂਰ ਦੱਸੋ, ਲੇਕਿਨ ਇਸ ਵੇਲੇ ਵਿਧਾਨ ਸਭਾ ਦੇ ਵਿੱਚ ਸਭ ਤੋਂ ਜ਼ਿਆਦਾ ਮੁੱਦਾ ਜਿਹੜਾ ਗੂੰਜ ਰਿਹਾ ਉਹ ਹੈ ਅਫੀਮ ਦੀ ਖੇਤੀ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਵਿਧਾਨ ਸਭਾ।